अध्यक्ष महोदय जी, मैं गौवंश के अवरुद्ध करने पर विषय हम रख रहे हैं अपना। महोदय, गौवंश का जो जिनको सांड कहते हैं हम, उनका बधियाकरण किया जा रहा है और गौवंश को, देशी गौवंश को रोका जा रहा है। जिनको जर्सी कहते हैं वो, उनके दूध में कोई भी गुड़ नहीं है लेकिन दूध अधिक देते हैं, इसलिए उनको तो संरक्षित किया जा रहा है, परंतु जिनके जो देशी गौवंश है, देशी गाय, उनके दूध में जो गुड़ों से भरपूर है, रोम रोम में औषधि है, उनका वंश रोका जा रहा है और बधियाकरण करके उसको अवरुद्ध किया जा रहा है। हमारी गौ माता है वो, और हम उनके गौवंश को रोकने ना रोका जाए और उनको संरक्षित किया जाए, रोड पे ना मारी जाए वो, हमारा ये माधव जी। बहुत बहुत धन्यवाद सभापति महोदय। सिखां दे नौवें गुरु, गुरु तेग बहादुर, जिन्हां नूं कहिंदे ने कि हिंद दी चादर, गुरु तेग बहादुर, उन्हां दा 400वां साल जिहड़ा दिहाड़ा है, ਉਹ ਹਰਿਆਣਾ 'ਚ ਸਾਡੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਜੀ ਉਹਨਾਂ ਨੇ ਮਨਾਉਣ ਦਾ ਉਪਰਾਲਾ ਕੀਤਾ ਹੈ ਪਾਣੀਪਤ 'ਚ। ਤਾਂ ਮੇਰੀ ਆਪ ਜੀ ਦੇ ਮਾਧਿਅਮ ਤੋਂ ਰੇਲ ਮੰਤਰੀ ਜੀ ਨੂੰ ਇਹ ਬੇਨਤੀ ਹੈ ਕਿ ਜਿਹੜੀ ਨਾਂਦੜ ਸਾਹਿਬ ਐਕਸਪ੍ਰੈਸ ਟ੍ਰੇਨ ਹੈ ਜੀ, ਉਹ ਸਾਡੇ ਨਰਵਾਣਾ, ਜਿਹੜੀ ਮੇਰੀ ਕੌਨਸਟੀਚੁਐਂਸ ਸਿਰਸਾ ਹੈ, ਉੱਥੋਂ ਜਿਹੜੀ ਹੈ ਨਰਵਾਣਾ ਤੋਂ ਵੀ ਹੋ ਕੇ ਗੁਜ਼ਰਦੀ ਹੈ। ਤਾਂ ਮੇਰੀ ਆਪ ਜੀ ਦੇ ਮਾਧਿਅਮ ਤੋਂ ਰੇਲ ਮੰਤਰੀ ਜੀ ਨੂੰ ਇਹ ਬੇਨਤੀ ਹੈ ਕਿ ਉੱਥੇ ਜਿਹੜਾ ਸਟੋਪੇਜ ਜ਼ਰੂਰ ਦਿੱਤਾ ਜਾਵੇ, ਤਾਂ ਕਿ ਜਿਹੜੇ ਵੀ ਸਾਡੇ ਸਿੱਖ ਬੰਧੂ ਨੇ ਉਹ ਜਿਹੜੇ ਨਾਂਦੇੜ ਸਾਹਿਬ ਪਹੁੰਚਦੇ ਨੇ, ਨਾਂਦੇੜ ਸਾਹਿਬ ਜਿਹੜਾ ਜੀ ਉੱਥੇ 10ਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸੀ ਉਹ ਜੋਤੀ ਜੋਤ ਸਮਾਏ ਸੀ, ਉਹ ਬਹੁਤ ਵੱਡਾ ਤੀਰਥ ਜਿਹੜਾ ਸਿੱਖਾਂ ਦਾ ਹੈ। ਤਾਂ ਆਪ ਜੀ ਦੇ ਮਾਧਿਅਮ ਤੋਂ ਮੇਰੀ ਰਿਕੁਐਸਟ ਹੈ ਜੀ, ਉੱਥੇ ਜਿਹੜਾ ਹੈ ਨਾ, ਉੱਥੇ ਸਟੋਪੇਜ ਦਿੱਤਾ ਜਾਵੇ 24 ਅਪ੍ਰੈਲ ਨੂੰ ਪਾਣੀਪਤ 'ਚ। ਬਹੁਤ ਵੱਡਾ ਉਪਰਾਲਾ ਜਿਹੜਾ ਹੈ ਉਹ ਆਪਾਂ ਕਰ ਰਹੇ ਹਾਂ। ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ। ਧੰਨਵਾਦ ਮਾਨਯ ਅਧਿਅਕਸ਼ ਮਹੋਦਯ ਜੀ। ਮੈਂ ਗੋਵੰਸ਼ ਕੇ ਅਵਰੁੱਧ ਕਰਨੇ ਪਰ ਵਿਸ਼ਾ ਹਮ ਰੱਖ ਰਹੇ ਹੈ ਆਪਣਾ। ਮਹੋਦਯ, गौवंश का जो जिनको सांड कहते हैं हम, उनका बधियाकरण किया जा रहा है और गौवंश को, देशी गौवंश को रोका जा रहा है। जिनको जर्सी कहते हैं वो, उनके दूध में कोई भी गुड़ नहीं है लेकिन दूध अधिक देते हैं, इसलिए उनको तो संरक्षित किया जा रहा है, परंतु जिनके जो देशी गौवंश है, देशी गाय, उनके दूध में जो गुड़ों से भरपूर है, रोम रोम में औषधि है, उनका वंश रोका जा रहा है और बधियाकरण करके उसको अवरुद्ध किया जा रहा है। हमारी गौ माता है वो, और हम उनके गौवंश को रोकने ना रोका जाए और उनको संरक्षित किया जाए, रोड पे ना मारी जाए वो, हमारा ये माधव जी। बहुत बहुत धन्यवाद सभापति महोदय। सिखां दे नौवे गुरु, गुरु तेग बहादुर, जिन्हां नूं कहिंदे ने कि हिंद दी चादर, गुरु तेग बहादुर, उन्हां दा 400वां साल जिहड़ा दिहाड़ा है, ਉਹ ਹਰਿਆਣਾ 'ਚ ਸਾਡੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਜੀ ਉਹਨਾਂ ਨੇ ਮਨਾਉਣ ਦਾ ਉਪਰਾਲਾ ਕੀਤਾ ਹੈ ਪਾਣੀਪਤ 'ਚ। ਤਾਂ ਮੇਰੀ ਆਪ ਜੀ ਦੇ ਮਾਧਿਅਮ ਤੋਂ ਰੇਲ ਮੰਤਰੀ ਜੀ ਨੂੰ ਇਹ ਬੇਨਤੀ ਹੈ ਕਿ ਜਿਹੜੀ ਨਾਂਦੜ ਸਾਹਿਬ ਐਕਸਪ੍ਰੈਸ ਟ੍ਰੇਨ ਹੈ ਜੀ, ਉਹ ਸਾਡੇ ਨਰਵਾਣਾ, ਜਿਹੜੀ ਮੇਰੀ ਕੌਨਸਟੀਚੁਐਂਸ ਸਿਰਸਾ ਹੈ, ਉੱਥੋਂ ਜਿਹੜੀ ਹੈ ਨਰਵਾਣਾ ਤੋਂ ਵੀ ਹੋ ਕੇ ਗੁਜ਼ਰਦੀ ਹੈ। ਤਾਂ ਮੇਰੀ ਆਪ ਜੀ ਦੇ ਮਾਧਿਅਮ ਤੋਂ ਰੇਲ ਮੰਤਰੀ ਜੀ ਨੂੰ ਇਹ ਬੇਨਤੀ ਹੈ ਕਿ ਉੱਥੇ ਜਿਹੜਾ ਸਟੋਪੇਜ ਜ਼ਰੂਰ ਦਿੱਤਾ ਜਾਵੇ, ਤਾਂ ਕਿ ਜਿਹੜੇ ਵੀ ਸਾਡੇ ਸਿੱਖ ਬੰਧੂ ਨੇ ਉਹ ਜਿਹੜੇ ਨਾਂਦੇੜ ਸਾਹਿਬ ਪਹੁੰਚਦੇ ਨੇ, ਨਾਂਦੇੜ ਸਾਹਿਬ ਜਿਹੜਾ ਜੀ ਉੱਥੇ 10ਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸੀ ਉਹ ਜੋਤੀ ਜੋਤ ਸਮਾਏ ਸੀ, ਉਹ ਬਹੁਤ ਵੱਡਾ ਤੀਰਥ ਜਿਹੜਾ ਸਿੱਖਾਂ ਦਾ ਹੈ। ਤਾਂ ਆਪ ਜੀ ਦੇ ਮਾਧਿਅਮ ਤੋਂ ਮੇਰੀ ਰਿਕੁਐਸਟ ਹੈ ਜੀ, ਉੱਥੇ ਜਿਹੜਾ ਹੈ ਨਾ, ਉੱਥੇ ਸਟੋਪੇਜ ਦਿੱਤਾ ਜਾਵੇ 24 ਅਪ੍ਰੈਲ ਨੂੰ ਪਾਣੀਪਤ 'ਚ। ਬਹੁਤ ਵੱਡਾ ਉਪਰਾਲਾ ਜਿਹੜਾ ਉਹ ਆਪਾਂ ਕਰ ਰਹੇ ਹਾਂ। ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ।